ਹਾਲ ਹੈ ਜਸਪ੍ਰੀਤ ਅਗੇਨ ਵੈਲਕਮ ਬੈਕ ਟੂ ਜੱਟ ਲਾਈਵ ਟੀ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਤੇ ਫਾਈਨਲੀ ਵੀ ਆਰ ਆਊਟ ਹੇਅਰ ਇਨ ਟੋਰਾਂਟੋ ਅਤੇ ਟੋਰਾਂਟੋ ਦੇ ਵਿੱਚ ਅੱਜ ਬਹੁਤ ਹੀ ਜ਼ਿਆਦਾ ਸੋਹਣਾ ਦਿਨ ਚੜਿਆ ਯੂ ਗਾਇਜ਼ ਕੈਨ ਸੀ ਇਟ ਅਤੇ ਅੱਜ ਤੁਹਾਨੂੰ ਵਿਖਾਉਂਦੇ ਹਾਂ ਜੱਟ ਲਾਈਵ ਟੋਰਾਂਟੋ ਲਾਈਫ ਯਾ ਉਹ ਅੱਜ ਗਾਇਜ਼ ਪੰਗਾ ਪੈ ਗਿਆ ਮੇਰਾ ਮੈਮਰੀ ਕਾਰਡ ਰਹਿ ਗਿਆ ਟਰੱਕ ਦੇ ਵਿੱਚ ਨਾਮ ਸਟੱਕ ਹੇਅਰ ਵਿਦ ਅ ਕੈਮਰਾ ਸ਼ਿਟ ਮੈਨ ਆਈ ਹੈਵ ਟੂ ਗੋ ਟੂ ਨੀਅਰ ਬਾਏ ਬੈਸਟ ਬਾਏ ਅਤੇ ਆਪਾਂ ਕੈਮਰਾ ਚੱਕਦੇ ਹਾਂ ਅਤੇ ਆ ਗਈ ਜੀ ਆਪਣੀ ਅੱਜ ਦੀ ਰਾਈਡ ਬਾਅਦ 'ਚ ਦਿਖਾਉਂਦੇ ਹਾਂ ਤੁਹਾਨੂੰ ਕਿੱਦਾਂ ਦੀ ਆ ਅਤੇ ਹੁਣ ਨਿਕਲੀ ਹੈ ਟਾਈਮ ਸਰ ਅਤੇ ਬੈਸਟ ਬਾਏ ਤੋਂ ਚੁੱਕੀ ਹੈ ਮੈਮਰੀ ਕਾਰਡ ਅਤੇ ਫਿਰ ਆਪਾਂ ਅਗਲੀ ਵੀਡੀਓ ਬਣਾਉਂਦੇ ਹਾਂ ਥੈਂਕ ਯੂ ਸੋ ਮਚ ਗਾਇਜ਼ ਮੋਲ ਇਹ ਮੋਲ ਦੇ ਵਿੱਚ ਸ਼ਾਪ ਹੈਗੀ ਹੈ ਬੈਸਟ ਬਾਏ ਉੱਥੋਂ ਆਪਾਂ ਚੱਕਣੀ ਆਪਣੀ ਕੇਬਲ ਪਾਰਕਿੰਗ ਨਹੀਂ ਲੱਭ ਰਹੀ ਦੋਸਤੋ ਪਾਰਕਿੰਗ ਲੱਭ ਗਈ ਹਾਂਜੀ 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 ਗੱਡੀ ਆਪਾਂ ਕਰਤੀ ਹੈ ਪਾਰਕ ਅਤੇ ਹੁਣ ਮੈਂ ਚੱਲਿਆ ਮੋਲ ਦੇ ਅੰਦਰ ਜਾ ਕੇ ਆਪਾਂ ਜਾਗਦੇ ਹਾਂ ਕੇਬਲ ਅਤੇ ਫਿਰ ਕਰਦੇ ਹਾਂ ਸ਼ੂਟ ਅੱਜ ਦਾ ਵਲੋਗ ਹਾਂਜੀ ਗਾਇਸ ਮੈਮਰੀ ਕਾਰਡ ਆਪਾਂ ਲੈ ਆਉਂਦਾ ਹੁਣ ਇਹਨੂੰ ਆਪਾਂ ਖੋਲ੍ਹ ਕੇ ਅਤੇ ਕਿੱਦਾਂ ਖੋਲ੍ਹਦਾ ਬਾਈ ਔਖਾ ਹੈ ਮੈਂ ਖੋਲ੍ਹ ਕੇ ਕੈਮਰੇ ਦੇ ਵਿੱਚ ਪਾ ਕੇ ਫਿਰ ਆਪਾਂ ਵਲੋਗ ਸਟਾਰਟ ਕਰਦੇ ਗਾਇਜ਼ ਬਣੇ ਨੇ ਵੀਡੀਓ ਦੇ ਆਪਣੇ ਨਾਲ ਥੈਂਕ ਯੂ ਸੋ ਮਚ ਕੈਮਰੇ 'ਚ ਆਪਾਂ ਪਾ ਲਿਆ ਮੈਮਰੀ ਕਾਰਡ ਅਤੇ ਕੈਮਰਾ ਆਪਣਾ ਸਟਾਰਟ ਅਤੇ ਹੁਣ ਬਣਾਉਂਦੇ ਹਾਂ ਵਲੋਗ ਇਹਦੇ ਵਿੱਚ ਹਾਂਜੀ ਗਾਇਜ਼ ਫਾਈਨਲੀ ਐਵਰੀਥਿੰਗ ਇਜ਼ ਸੈਟ ਅਪ ਅਤੇ ਅੱਜ ਦਾ ਵਲੋਗ ਕਰਦੇ ਹਾਂ ਸਟਾਰਟ ਅਗੇਨ ਵੈਲਕਮ ਬੈਕ ਟੂ ਜੱਟ ਲਾਈਫ ਟੀ ਵੀ ਅਤੇ ਵਲੋਗ ਸਟਾਰਟ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦੇ ਲਈ ਇੱਕ ਛੋਟਾ ਜਿਹਾ ਸਰਪ੍ਰਾਈਜ਼ ਹੈਗਾ ਆ ਅਤੇ ਸਰਪ੍ਰਾਈਜ਼ ਦੇਖ ਕੇ ਦੱਸਿਓ ਬਾਈ ਕਿੱਦਾਂ ਦਾ ਲੱਗਿਆ ਅਤੇ ਆ ਜਾਓ ਹੁਣ ਕਰਦੇ ਹਾਂ ਵੀਡੀਓ ਸਟਾਰਟ ਲੈਟਸ ਗੋ ਦੁੱਖ ਮੈਨੂੰ ਨਵੀਂ ਨਾ ਤੇ ਪਿੱਠ ਪਿੱਛੋਂ ਵਾਲਾ ਕੁਝ ਮੂੰਹ ਤੇ ਕੁਝ ਕਵੇ ਨਾ ਮੂੰਹ ਤੇ ਬਾਜੀ ਬਾਜੀ ਕਰਕੇ ਰੱਖਦਾ ਮਹਾਰਾਜ ਹਾਂ ਵੀ ਜੇ ਤੂੰ ਬਾਜੀ ਕਰ ਕਾਕਾ ਇੱਥੇ ਵਿਆਹ ਜੀ ਤੇਰੇ ਜੇ ਆ ਛੱਤੀ ਜੱਟ ਹੈਗਾ ਕੱਲਾ ਵੇ ਖੜਾ ਹੋ ਕੇ ਕੈਨੇਡਾ ਨੂੰ ਚੱਲਾ ਹੋ ਗਏ ਕਿੰਨੇ ਸਾਲ ਮੈਂ ਅੱਜ ਦੀਆਂ ਬਾਹਰ ਛੱਡ ਕਰਦੀ ਤੂੰ ਗੱਲ ਕਾਕਾ ਦੇਸ਼ ਤੋਂ ਬਾਹਰ ਕਿੱਦਾਂ ਲੱਗਿਆ ਫਿਰ ਸਰਪ੍ਰਾਈਜ਼ ਗਾਇਜ਼ ਜੇ ਵਧੀਆ ਲੱਗਿਆ ਚੈਨਲ ਨੂੰ ਕਰੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਹੁਣ ਤੁਹਾਨੂੰ ਖਾਨੇ ਆਪਣੀ ਗੱਡੀ ਹਾਂਜੀ ਗਾਇਜ਼ ਆ ਗਈ ਆਪਣੀ ਅੱਜ ਦੀ ਰਾਈਡ ਹਿੰਡਾਏ ਦੀ ਇਹਦੇ ਵਿੱਚ ਮੈਨੂੰ ਇੱਕ ਬੜੀ ਵਧੀਆ ਚੀਜ਼ ਲੱਗੀ ਯਾਰ ਇੱਥੇ ਦੇਖੋ ਇੱਕ ਡੋਰ ਆ ਰਾਈਡ ਇਹ ਪਹਿਲੀ ਗੱਡੀ ਆ ਵੇਖੀ ਹੈ ਲਾਈਫ ਦੇ ਵਿੱਚ ਜਿਹਦੇ ਤਿੰਨ ਡੋਰ ਆ ਇਹ ਦੈਟ ਯੂ ਹੈਵ ਲਾਈਕ ਅ ਡੋਰ ਹੇਅਰ ਅ ਡੋਰ ਰਾਈ ਹੇਅਰ ਵਾਟ ਦ ਹੈਵ ਦੈਟ ਟੂ ਡੋਰਸ ਰਾਈ ਹੇਅਰ ਓ ਸ਼ਿਟ ਮੈਨ ਉਹ ਕਾਰ ਬਹੁਤ ਵਧੀਆ ਯਾਰ ਬੋਟੀ ਲੋਕਾਂ ਕਾਰ ਦੀ ਅਤੇ ਤਿੰਨ ਦਿਨਾਂ ਲਈ ਆਪਾਂ ਇਹਨੂੰ ਡਰਾਈਵ ਕਰਨਾ ਬਾਈ ਦਾ ਬਹੁਤ ਬਹੁਤ ਥੈਂਕ ਯੂ ਬਾਈ ਨੇ ਮੈਨੂੰ ਉਹ ਕਾਰ ਆਪਣੀ ਯੂਜ਼ ਕਰਨ ਲਈ ਦਿੱਤੀ ਆ ਅੰਦਰੋਂ ਵੀ ਬਹੁਤ ਸੋਹਣੀ ਹੈ ਗਾਇਜ਼ ਤੁਸੀਂ ਚੈੱਕ ਕਰੋ ਬਿਲਕੁਲ ਬ੍ਰੈਂਡ ਨਿਊ ਆ 2018 ਹਿੰਡਾਏ ਵਲੋਸਿਟਰ ਅਤੇ ਬਸ ਇੱਕੋ ਚੀਜ਼ ਦੀ ਕਮੀ ਹੈ ਇਹਦੇ 'ਚ ਸਨ ਰੂਫ ਨਹੀਂ ਹੈਗਾ ਹਾਂਜੀ ਹਾਂਜੀ ਦੋਸਤੋ ਕਿੱਦਾਂ ਲੱਗੀ ਫਿਰ ਗੱਡੀ ਸਾਡੀ ਗੱਡੀਆਂ ਗੁੱਡੀਆਂ ਸਭ ਯਾਰ ਆਮ ਆ ਹੈ ਨਾ ਸਭ ਇੱਥੇ ਰਹਿ ਜਾਣਾ ਕੁਛ ਨਹੀਂ ਆਪਾਂ ਲੈ ਕੇ ਜਾਣਾ ਦੁਨੀਆ ਤੋਂ ਆਲ ਅਬਾਊਟ ਚਲੋ ਭਜਾ ਕੇ ਵੇਖੀਏ ਇਹਨੂੰ ਫਿਰ ਕਾਰਾਂ ਭੱਜਦੀਆਂ ਬਹੁਤ ਆ ਇੱਥੇ ਯਾਰ ਬਹੁਤ ਭੱਜਦੀਆਂ ਯਾਰ ਤੇ ਚੈਨਲ ਸਾਡਾ ਤੁਸੀਂ ਕਰਨਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਗਾਇਜ਼ ਭੁੱਲਿਓ ਨਾ ਠੀਕ ਆ ਤੇ ਹੁਣ ਮੈਂ ਚੱਲਿਆ ਆਲ ਦਾ ਵੇ ਲੰਡਨ ਓਨਟੈਰੀਓ ਜਿੱਥੇ ਮੇਰੇ ਵੱਡੇ ਸਿਸਟਰ ਰਹਿੰਦੇ ਆ ਤੇ ਉਹਨੂੰ ਮਿਲਾਂਗੇ ਨਾਲੇ ਖਾਵਾਂਗੇ ਤੱਤੀਆਂ ਰੋਟੀਆਂ ਤੇ ਥੈਂਕ ਯੂ ਸੋ ਮਚ ਗਾਇਜ਼ ਬਣੇ ਰਹੋ ਚੈਨਲ 'ਚ ਮੇਰੇ ਨਾਲ ਅਤੇ ਮਿਲਦੇ ਉਹਦੇ ਘਰ ਪਹੁੰਚ ਕੇ ਥੈਂਕ ਯੂ ਅਤੇ ਫਾਈਨਲੀ ਗਾਇਜ਼ ਮੈਂ ਲੰਡਨ ਆ ਗਿਆ ਅਤੇ ਦੀਦੀ ਨੂੰ ਮਿਲਣ ਲਈ ਬਹੁਤ ਐਕਸਾਈਟਡ ਆ ਯਾਰ ਪੂਰੇ 2 ਮਹੀਨਿਆਂ ਬਾਅਦ ਉਹਨੂੰ ਮੈਂ ਮਿਲ ਰਿਹਾ ਕਿ ਮੈਂ ਕੈਲਗਰੀ ਰਹਿੰਦਾ ਹਾਂ ਯੂ ਗਾਇਜ਼ ਨੋ ਇਟ ਅਤੇ ਕੈਲਗਰੀ ਇੱਧਰੋਂ ਹੈਗਾ ਆ ਲੰਡਨ ਤੋਂ ਅਰਾਊਂਡ 3000 ਕਿਲੋਮੀਟਰ ਅਤੇ ਚਲੋ ਅੱਜ ਤੁਹਾਨੂੰ ਮਿਲਾਉਂਦਾ ਅਤੇ ਬਾਏ ਮੈਨ ਬਾਏ ਬਾਏ ਫਾਈਨਲੀ ਅਤੇ ਆਪਾਂ ਪਾਸਪੋਰਟ ਪਾ ਦੇਣਾ ਹੁਣ ਤਾਂ ਕਿ ਗੇਟ ਖੁੱਲ੍ਹ ਜਾਵੇ ਦੇਈ ਉਹ ਗੇਟ ਖੁੱਲ੍ਹ ਗਿਆ ਬ੍ਰੋ ਜੱਸਾ ਜੱਟ ਦਾ ਪਿੰਡ ਇੱਦਾਂ ਦੇ ਅਪਾਰਟਮੈਂਟ ਹੁੰਦੇ ਆ ਇੱਥੇ ਕੈਨੇਡਾ ਦੇ ਵਿੱਚ ਟਿਕਟੋਕ
ਓ ਕਿਦਾਂ ਕਿਵੇਂ ਆ ਵਧੀਆ ਹੋਰ ਸੁਣਾ ਮੈਂ ਸਿਸਟਰ ਰਹੀ ਹੈ ਥੋੜਾ ਸੰਗਦੀ ਆ ਬਟ ਆਪਾਂ ਆ ਗਏ ਹੁਣ ਲੰਡਨ ਦੇ ਵਿੱਚ ਤੇ ਹੁਣ ਖਾਵਾਂਗੇ ਰੋਟੀ ਸਬਜ਼ੀ ਤੇ ਚਾਹ ਤੇ ਪਾਵਾਂਗੇ ਯਾਰ ਉਗਾ ਹਾਂਜੀ 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 ਗਾਇਸ ਫਾਈਨਲੀ ਰੋਟੀ ਪਾਣੀ ਹੋ ਗਿਆ ਤਿਆਰ ਰੋਟੀ ਪਾਣੀ ਛਕਦੇ ਹਾਂ ਹੈਗਾ ਜੀ ਆਲੂ ਦੇ ਪਰੌਂਠੇ ਨਾਲ ਦਹੀਂ ਦਹੀਂ ਵੇਖੋ ਜੀ ਕਿੰਨਾ ਗਾੜਾ ਹੁੰਦਾ ਕੈਨੇਡਾ 'ਚ ਓ ਮੈਨ ਪਿਓਰ ਨਾਲ ਆਪਾਂ ਖਾਵਾਂਗੇ ਗੁੜ ਰੋਟੀ ਤੋਂ ਬਾਅਦ ਅਤੇ ਹੁਣ ਮੈਂ ਰੋਟੀ ਪਾਣੀ ਛਕ ਲਵਾਂ ਰੋਟੀ ਪਾਣੀ ਛਕ ਕੇ ਆਪਾਂ ਕਰਦੇ ਹਾਂ ਵਲੌਗ ਨੇ ਕੰਟੀਨਿਊ ਹਾਂਜੀ 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 ਗਾਇਸ ਰੋਟੀ ਪਾਣੀ ਹੋ ਗਿਆ ਡਨ ਹੁਣ ਆਪਾਂ ਚੱਲੇ ਹਾਂ ਕੌਫੀ ਪੀਣ ਤਾਂ ਬਈ ਸਿਸਟਰ ਕਿੱਦਾਂ ਬਈ ਵਧੀਆ ਅਤੇ ਹੁਣ ਅਸੀਂ ਚੱਲੇ ਹਾਂ ਕੌਫੀ ਕੋਈ ਪੀਣ ਅਤੇ ਵਿਖਾਉਂਦੇ ਹਾਂ ਤੁਹਾਨੂੰ ਕੈਨੇਡਾ ਦੇ ਨਜ਼ਾਰੇ ਆ ਜਾਓ ਵੀਰਿਓ ਹਾਂਜੀ ਗਾਇਸ ਹੁਣ ਅਸੀਂ ਆ ਗਏ ਹਾਂ ਸਟਾਰਬਕਸ ਇਹਨਾਂ ਦਾ ਫੈਸ਼ਨ ਨਹੀਂ ਲੋਡ ਆ ਰਿਹਾ ਮਿਲਦੇ ਹਾਂ ਅੰਦਰ ਜਾ ਕੇ ਬਣੇ ਰਹੋ ਜੱਟ ਲਾਈਵ ਟੀਵੀ ਬ੍ਰੋ ਦੈਟਸ ਹਾਊ ਕੈਨੇਡਾ ਲੁਕਸ ਲਾਈਕ ਬ੍ਰੋ ਚੈੱਕ ਇਟ ਆਊਟ ਚੱਲ ਚੱਲ ਤੂੰ ਪਰੇ ਹੋ ਜਾ ਮੇਰੇ ਫਰੇਮ 'ਚੋਂ ਵਿੱਚ ਆਈ ਜਾਂਦੀ ਹੈ ਕਿਹੜੀ ਕੌਫੀ ਪੀਣੀ ਦੱਸ ਦੇ ਪਹਿਲਾਂ ਹੀ ਕਿਹੜੀ ਤੂੰ ਪਿਆਏ ਕੌਫੀ ਪੀਣੀ ਮੈਂ ਤੂੰ ਨਹੀਂ ਪੇ ਕਰਨੇ ਯਾ ਪ੍ਰੋ ਪੇ ਕਰੇਗਾ ਭਰਾ ਇਹਦਾ ਇਦਾਂ ਨਹੀਂ ਹੁੰਦੀਆਂ ਪਾਣਾ ਕਿਵੇਂ ਦਾ ਹੈ ਮਫਨ ਤੇਰਾ ਸਵਾਦ ਹੈ ਫ੍ਰੈਸ਼ਲੀ ਬੇਕਡ ਮਜ਼ਾ ਆ ਗਿਆ ਹਾਂ ਆਪਾਂ ਦਾ ਭਾ ਕੌਫੀ ਪੀਣੀ ਹੈ ਕੱਲੀ ਕਿਉਂਕਿ ਇਹਨਾਂ ਕੋਲ ਤਾਂ ਪੈਸਾ ਬਹੁਤ ਆ ਅਸੀਂ ਗਰੀਬ ਦਾ ਨਾਮ ਕਿਉਂ ਹੈ ਪਹਿਲੀ ਵਾਰੀ ਆਈ ਆ ਉਹ ਆਏ ਆਏ ਵਲੌਗ ਦੇ ਵਿੱਚ ਦਿਖਾਈ ਦਾ ਥੋੜੀ ਹੁੰਦਾ ਪਹਿਲੀ ਵਾਰੀ ਆਈ ਚਾਚੇ ਮਾਮੇ ਆਦੇ ਸਿਰਾਂ ਤੇ ਨਹੀਂ ਉੱਡਿਆ ਨੀ ਮੈਂ ਆਪ ਬਣਿਆ ਚਾਚੇ ਮਾਮੇ ਆਦੇ ਸਿਰਾਂ ਤੇ ਨਹੀਂ ਉੱਡਿਆ ਨੀ ਮੈਂ ਆਪ ਬਣਿਆ ਹਮ ਸਭ ਮੈਂ ਬੇਬੇ ਹਮ ਸਭ ਮੈਂ ਬੇਬੇ